ਉਹ ਬਾਕੀ ਗਾਉਣ ਵਾਲਿਆਂ ਨੂੰ ਫੇਰ ਮੈਂ ਕਹਿੰਦਾ ਤੁਸੀਂ ਜੇ ਕੰਜਰੇ ਆ ਤਾਂ ਫਿਰ ਚੱਡਿਆਂ 'ਚ ਪੂਛਾਂ ਲੈ ਕੇ ਬੈਠੇ ਰਹੋ। ਆ 200 ਐਟ ਮੈਂ ਰੱਖੀ ਕੋਠੇ, ਉਹ ਦਿਖਾ ਜਿਹੜਾ ਕੋਠਾ ਇਹਨਾਂ ਨੂੰ, ਕੋਈ ਆਊਗਾ ਬਿਨਾਂ ਗੱਲ ਤੋਂ ਸਾਰਾ ਸਿਰ ਪਾੜ ਦਊ ਮੈਂ। ਰੰਮੀ ਅਤੇ ਐਲੀ ਦੇ ਉਹ ਪਤਾ ਲੱਗ ਗਿਆ ਉੱਥੇ, ਉਹ ਵਿਚਾਰੇ ਦੇ ਕੁੱਟ ਪੈ ਗਈ ਹੈਂ ਬਿਨਾਂ ਗੱਲ ਤੋਂ। ਹੋ ਸਕਦਾ ਉਹ ਕਨੇਡਾ ਸਟਾਈਲ ਨਾ ਆਇਆ ਹੋਵੇ, ਉਹ ਪੁਲਿਸ ਹੋਰ ਹੁੰਦੀ ਵੀ ਚੱਕ ਕੇ ਲੈ ਜਾਂਦੀ ਰਾਤ ਨੂੰ, ਅੱਧੀ ਕੁ ਰਾਤੇ ਰਿਲੀਜ਼ ਕਰ ਦਿੰਦੀ ਆ। ਇੱਥੇ ਅਗਲੇ ਫਿਰ ਪਟਾ ਚਾੜਦੇ ਆ, ਤੁਸੀਂ ਸਮਝਦੇ ਨਾ ਸਾਰੀ ਗੱਲ ਵੀ। ਹੁਣ ਅਸੀਂ ਗਾਉਣ ਵਾਲੇ ਹੋ ਗਏ ਤਾਂ ਕੰਜਰ ਹੋ ਗਏ, ਵੀ ਕੰਜਰਾਂ ਨੂੰ ਸੁਣਦੇ ਕਿਉਂ ਆ ਤੁਸੀਂ? ਅੰਬ ਲੈਣ ਲਈ ਸੁਣਦੇ ਆ ਤੁਸੀਂ? ਹੁਣ ਮੈਂ ਸੋਚਦਾ ਵੀ ਉੱਥੇ ਗੁਰਦਾਸ ਮਾਨ ਸੀ ਸਾਡੇ ਵਰਗਾ ਕੋਈ ਕਮਲਾ ਹੁੰਦਾ, ਉੱਥੇ ਮਾਂ ਭੈਣ ਇੱਕ ਕਰ ਦੇਣੀ, ਭਾਵੇਂ ਸਾਨੂੰ ਛਿੱਤਰੇ ਹੀ ਖਾਣੇ ਪੈਂਦੇ। ਉਹ ਪੁੱਛਦਾ ਵੀ ਕਿਹੜਾ ਸਾਲਾ ਉਹ ਹੈਗਾ ਆ। ਅਤੇ ਰਹੀ ਗੱਲ ਗੁਰਦਾਸ ਮਾਨ ਜੀ ਦੀ, ਕਨੇਡਾ ਦੇ ਵਿੱਚ ਜੇ ਉਹ ਕਹਿ ਹੋ ਗਿਆ ਉਹਨਾਂ ਕੋਲੋਂ, ਐਡਾ ਕਿਹੜਾ ਅਟੈਕ ਕਰਤਾ ਪੰਜਾਬੀ 'ਤੇ? ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਪੰਜਾਬੀ ਆ ਜਿਹੜੇ ਹੁਣ ਸਾਨੂੰ ਸਾਡੇ ਬੜੇ ਭਾਈ ਨੂੰ ਕੁੱਤਾ ਕੰਜਰ ਦੱਲਾ ਆਖਦੇ ਆ, ਮੈਂ ਉਹ ਪੁੱਛਦਾ ਵੀ ਕਿਹੜਾ ਸਾਲਾ ਉਹ ਹੈਗਾ ਆ ਜਿਹੜਾ ਪੰਜਾਬੀ 'ਤੇ ਅਟੈਕ ਕਰ ਸਕਦਾ? ਇਹ ਤਾਂ ਸਾਡਾ ਆਪਣਾ ਵੱਡਾ ਭਰਾ, ਚਲੋ ਆਪਾਂ ਆਮ ਬੰਦੇ ਆ, ਆਮ ਗੁਣੀ ਗਿਆਨੀ ਬੰਦੇ, ਉਹ ਕਹਿੰਦੇ ਸਾਡਾ ਕੋਈ ਹੱਕ ਨਹੀਂ ਕਿਸੇ ਨੂੰ ਮਾੜਾ ਕਹੀਏ, ਅਤੇ ਸਾਨੂੰ ਜਿਹੜਾ ਕੋਈ ਸਿਆਣਾ ਬੰਦਾ ਸਮਝਾਊ ਉੱਥੇ ਕਹੂ ਯਾਰ ਸਾਡੇ ਕੋਲ ਕੋਈ ਹੱਕ ਨਹੀਂ, ਆਪਾਂ ਕਿਸੇ ਨੂੰ ਮਾੜਾ ਕਹੀਏ, ਆਪਾਂ ਚੰਗੇ ਹੋਈਏ। ਮੇਰੀਆਂ ਗੱਲਾਂ ਭਾਵੇਂ ਚੰਗੀਆਂ ਲੱਗਣ ਜਾਂ ਮਾੜੀਆਂ ਪੈਣੀਆਂ, ਤਾਂ ਮੈਨੂੰ ਗਾਲਾਂ ਆਈਆਂ ਪਹਿਲਾਂ, ਮੈਂ ਸਮਝਦਾ ਹਾਂ, ਅਤੇ ਹੋ ਸਕਦਾ ਕੋਈ ਚੰਗਾ ਵੀ ਮਾੜਾ ਮੋਟਾ ਸਮਝ ਲੈਣ। ਕਿਹੜਾ ਅਟੈਕ ਕਰ ਸਕਦਾ ਪੰਜਾਬੀ 'ਤੇ ਅੱਜ? KS ਮੱਖਣ ਜੇ ਆਪਣੀ ਗੱਲ ਕਰੇ, ਜੇ ਮੈਂ ਅੱਜ ਲਾਈਵ ਹੋਇਆ, ਮੈਂ ਪਹਿਲਾਂ ਆਪਣੀ ਗੱਲ ਕਰੂੰ, ਮੈਨੂੰ 20 ਸਾਲ ਹੋ ਗਿਆ ਕੈਨੇਡਾ ਦੇ ਵਿੱਚ, ਮੈਂ ਆਪਣੀ ਬੁੱਤਾ ਲਾਊ ਗੁਜ਼ਾਰੇ ਜੋਗੀ ਇੰਗਲਿਸ਼ ਬੋਲਦਾ, ਆਪਣੇ ਕੰਮ ਕਾਰ ਲਈ ਜਾਂਦਾ, ਕੋਈ ਚੀਜ਼ ਲੈਣ ਜਾਂਦਾ, ਅਤੇ ਮੈਂ ਟਰਾਈ ਕਰਦਾ ਵੀ ਮੈਂ ਉੱਥੇ ਬੋਲਾਂ, ਨਹੀਂ ਤਾਂ ਪਤਾ ਨਹੀਂ ਲੱਗਣਾ ਮੈਂ ਲੈਣ ਕੀ ਗਿਆ ਹੈਂ। ਜੇ ਹੁਣ ਅਸੀਂ ਇੱਥੇ ਪੰਜਾਬ ਇੰਡੀਆ 'ਚ ਰਹਿ ਕੇ ਦਿੱਲੀ ਬੰਬੇ ਜਾਂਦੇ ਹਾਂ, ਉੱਥੇ ਹਮਕੋ ਤੁਮਕੋ ਕਰਨੀ ਪੈਂਦੀ ਆ ਭਰਾਵੋ, ਬਾਹਲੇ ਤੁਸੀਂ ਸਿਆਣੇ ਨਹੀਂ ਗਏ ਸਾਡੇ ਨਾਲੋਂ, ਅਸੀਂ ਵੀ ਬਾਹਲੇ ਸਿਆਣੇ ਨਹੀਂ ਗਏ, ਉੱਥੇ ਜੋੜ ਤੋੜ ਲਾਈਦਾ ਅਤੇ ਅਸੀਂ ਮਰਦੇ ਦਮ ਤੱਕ ਇੱਧਰਲੇ ਪਾਸੇ ਵਸੇ ਵੇ ਆ, ਉੱਥੇ ਤੱਕ ਪਤਾ ਨਹੀਂ, ਇੱਥੇ ਮੈਨੂੰ ਦਾਗ ਦੇਣੇ ਆ, ਪਤਾ ਨਹੀਂ ਕੈਨੇਡਾ 'ਚ ਮੇਰਾ ਫਿਊਨਲ ਹੋਣਾ ਆ, ਮੈਨੂੰ ਥੋੜ੍ਹਾ ਪਤਾ ਆ, ਮਰਦੇ ਦਮ ਤੱਕ ਕਿਹੜਾ ਪੰਜਾਬੀ ਮੇਰੇ ਵਿੱਚੋਂ ਕੱਢ ਦੂ ਜਾਂ ਮੈਂ ਛੱਡ ਦੂੰਗਾ ਪੰਜਾਬੀ? ਮੈਨੂੰ ਕੋਈ ਹੋਰ ਲੈਂਗੁਏਜ ਹੋਣਾ ਐਸ ਜਨਮਤਾ ਨਹੀਂ ਆ ਸਕਦੀ, ਅਗਲਾ ਮੈਂ ਕਿਤੇ ਹੋਰ ਜੰਮੂ। ਅਤੇ ਮੈਂ ਇਹ ਗੱਲ ਕਹਿ ਰਿਹਾ ਵੀ ਗੁਰਦਾਸ ਮਾਨ ਪੰਜਾਬੀ ਨੂੰ ਕਿੱਦਾਂ ਛੱਡ ਦੂਗਾ? ਗੁਰਦਾਸ ਮਾਨ ਕਦੀ ਵੀ ਪੰਜਾਬੀ ਨਹੀਂ ਛੱਡ ਸਕਦਾ, ਹਮੇਸ਼ਾ ਉਹਨੇ ਪਹਿਰਾ ਦਿੱਤਾ ਆ। ਅਤੇ ਪੰਜਾਬੀ ਅੱਜ ਜਿਹੜਾ ਵੀਰ ਪ੍ਰੋਟੈਸਟ ਕਰਨ ਗਿਆ, ਮੈਂ ਉਹਦੀ ਗੱਲ ਕਰਦਾ, ਜੇ ਗਲਤੀ ਹੋ ਗਈ ਸੀ, ਚਲੋ ਇੱਕ ਉਹ ਸ਼ਖਸੀਅਤ ਆ, ਪਰਸਨੈਲਿਟੀ ਆ, ਵੈਸੇ ਤਾਂ ਰੱਬ ਦੇ ਸਾਰੇ ਬੰਦੇ ਇੱਕੋ ਜਿਹੇ ਆ, ਮੰਨ ਲਓ ਗੁਰਦਾਸ ਮਾਨ ਦਾ ਸਾਨੂੰ ਪਤਾ ਨਹੀਂ ਵੀ ਕਿਹੜੇ ਘਰ 'ਚ ਰਹਿੰਦਾ ਕੈਨੇਡਾ 'ਚ, ਕਿਹੜੇ ਹੋਟਲ 'ਚ ਰਹਿੰਦਾ, ਅਤੇ ਉਹ ਬੁੱਧੀਜੀਵ ਬੜਾ ਪੜ੍ਹਿਆ ਲਿਖਿਆ ਬੰਦਾ ਆ ਜਿਹੜਾ ਵੀਰ ਚਰਨਜੀਤ ਸਿੰਘ ਆ ਕੈਨੇਡਾ ਤੋਂ, ਅਤੇ ਮੈਂ ਸਮਝਦਾ ਉਹਨੂੰ ਪੰਜ ਬੰਦੇ ਕੌਮ ਦੇ ਲੈ ਕੇ, ਕਮਿਊਨਿਟੀ ਦੇ ਪੰਜਾਬੀ ਜਿਹੜੇ ਉੱਥੇ ਪਹਿਰਾ ਦਿੰਦੇ ਆ, ਉਹਨਾਂ ਨੂੰ ਨਾਲ ਲੈ ਕੇ ਪ੍ਰਮੋਟਰ ਕੋਲ ਜਾਂਦੇ ਵੀ ਬਾਈ ਗੁਰਦਾਸ ਮਾਨ ਜੀ ਨੇ ਆਹ ਗੱਲ ਕਹੀ ਆ ਵੀ ਸਾਨੂੰ ਉਹ ਤੋਂ ਇਹ ਆਸ ਨਹੀਂ ਸੀ, ਜੇ ਫਿਰ ਵੀ ਉਹ ਅੜੀ ਕਰਦਾ ਫਿਰ ਇਹ ਸਟੈਪ ਸੀ, ਆ ਜਿਹੜਾ ਉਹਨੇ ਸਟੈਪ ਚੱਕਿਆ ਉਹ ਉਹਦਾ ਸਟੈਪ ਨਹੀਂ ਸੀਗਾ, ਜੇ ਉਹ ਸੀਨਾ ਤਾਣ ਕੇ ਗਿਆ ਪ੍ਰੋਟੈਸਟ ਕਰਨ, ਜੇ ਉਹ ਹੈਕ ਤਾਣ ਕੇ ਗਿਆ, ਮੋਹਰੇ ਨੇਲੇ ਨੂੰ ਦਹਿਲਾ ਟੱਕਰ ਪਿਆ, ਉਹਨੇ ਵੀ ਪੰਜਾਬੀ 'ਚ ਜੋ ਕਿਹਾ ਪੰਜਾਬੀ 'ਚ ਕਿਹਾ, ਉਹਨੇ ਵੀ ਕੋਈ ਕੰਨੜ 'ਚ ਨਹੀਂ ਕਿਹਾ ਜਾਂ ਹੋਰ ਹਿੰਦੀ ਭਾਸ਼ਾ 'ਚ ਨਹੀਂ ਕਿਹਾ, ਆਪਾਂ ਨੂੰ ਕੀ ਪਤਾ? ਹੁਣ ਇੱਥੇ ਪ੍ਰੋਟੈਸਟ ਹੁੰਦੇ ਆ, ਇੱਥੇ ਸਕੂਲਾਂ 'ਚ ਟੀਚਰ ਪ੍ਰੋਟੈਸਟ ਕਰਦੇ ਆ, ਹੋਰ ਕਮਿਊਨਿਟੀਆਂ ਪ੍ਰੋਟੈਸਟ ਕਰਦੀਆਂ, ਆਪਣੇ ਧਰਮਾਂ ਲਈ ਪ੍ਰੋਟੈਸਟ ਹੁੰਦੇ ਆ, ਡਾਕਟਰ ਟੀਚਰ ਸਾਰੇ ਪ੍ਰੋਟੈਸਟ ਕਰਦੇ, ਉੱਥੇ ਉਹਨਾਂ ਨੂੰ ਕੀ ਪਤਾ ਉਹਨਾਂ ਨਾਲ ਕੀ ਹੋਣਾ, ਵਿਛਾੜਾਂ ਪੈਂਦੀਆਂ, ਪਾਣੀ ਦੀਆਂ ਡਾਂਗ ਫਿਰਦੀ, ਇਹ ਪਹਿਲਾਂ ਸੋਚ ਕੇ ਜਾਣਾ ਚਾਹੀਦਾ। ਹੁਣ ਅੱਜ ਜਿਹੜਾ ਇਸ਼ੂ ਆ ਉਹ ਹੈਗਾ ਵੀ ਉਹਨਾਂ ਨੇ ਅਪਸ਼ਬਦ ਬੋਲਿਆ, ਮੈਂ ਤਾਂ ਸੋਚਦਾ ਬੜੀ ਗੁਰਦਾਸ ਮਾਨ ਨੇ ਸਾਹਿਤਕ ਜੀ ਗਾਲ ਕੱਢੀ ਆ, ਜਿੱਦਾਂ ਦਾ ਮਾਹੌਲ ਸੀ ਉੱਥੇ, ਲੇਡੀਜ਼ ਵੀ ਸਾਡੀਆਂ ਬੈਠੀਆਂ ਸੀ, ਉਹ ਕ੍ਰੀਏਟ ਹੋਇਆ ਉਸ ਬੰਦੇ ਵੱਲੋਂ, ਉਹਨੇ ਜਾ ਕੇ ਪ੍ਰੋਟੈਸਟ ਸ਼ੁਰੂ ਕੀਤਾ, ਹਿਊਮਨ ਬੀਂਗ ਆ ਯਾਰ, ਉਹ ਰੱਬ ਤਾਂ ਹੈ ਨਹੀਂ ਗਾ। ਹੁਣ ਮੈਂ ਸੋਚਦਾ ਵੀ ਉੱਥੇ ਗੁਰਦਾਸ ਮਾਨ ਸੀ ਸਾਡੇ ਵਰਗਾ ਕੋਈ ਕਮਲਾ ਹੁੰਦਾ, ਉੱਥੇ ਮਾਂ ਭੈਣ ਇੱਕ ਕਰ ਦੇਣੀ, ਭਾਵੇਂ ਸਾਨੂੰ ਛਿੱਤਰੇ ਹੀ ਖਾਣੇ ਪੈਂਦੇ, ਹੈ ਨਾ? ਅਸੀਂ ਪੰਜਾਬੀ ਹਾਂ ਯਾਰ, ਸਾਡੀਆਂ ਰਗਾਂ 'ਚ ਪੰਜਾਬੀ ਦੌੜਦੀ ਆ, ਪੰਜਾਬੀ ਦਾ ਐਂਟਰਟੇਨਮੈਂਟ ਕਰਦੇ ਹਾਂ, ਕਿ ਏਡੀ ਵੀ ਕਿਹੜੀ ਗੱਲ ਆ ਵੀ ਹੁਣ ਅਸੀਂ ਗਾਉਣ ਵਾਲੇ ਹੋ ਗਏ ਤਾਂ ਕੰਜਰ ਹੋ ਗਏ, ਵੀ ਕੰਜਰਾਂ ਨੂੰ ਸੁਣਦੇ ਕਿਉਂ ਆ ਤੁਸੀਂ? ਅੰਬ ਲੈਣ ਲਈ ਸੁਣਦੇ ਆ ਤੁਸੀਂ? ਬਈ ਗੱਲ ਇਹ ਆ ਵੀ ਅਸੀਂ ਪੰਜਾਬੀ ਹਾਂ, ਇੱਥੇ ਜੇ ਜਿਹੜਾ ਵੀ ਬੰਦਾ ਕੋਈ ਸਕਸੈਸ ਹੁੰਦਾ, ਕੋਈ ਮੰਤਰੀ ਬਣ ਜਾਂਦਾ, ਕਿਸੇ ਦਾ ਕੋਈ ਕੋਠੀ ਪੈ ਜਾਂਦੀ ਆ, ਖੰਡ ਪਾਠ ਕਰਾਉਂਦੇ, ਇੱਥੇ ਗੀਤ ਵੱਜਦੇ ਆ, ਮੇਰੇ ਨਹੀਂ ਲਾਈਕ ਹੋਰ ਜੈ ਜੀ ਬੀ ਆ, ਬੱਬੂ ਮਾਨ ਆ, ਸਾਰਿਆਂ ਦੇ ਗੀਤ ਵੱਜਦੇ, ਮਾਨ ਸਾਹਿਬ ਦੇ
ਹੋਰ ਨਵੇਂ ਮੁੰਡੇ ਆ ਗਏ ਮਾਰਕੀਟ 'ਚ, ਵਧੀਆ ਵਧੀਆ ਕਿੰਨਾ ਤੁਸੀਂ ਪਿਆਰ ਦਿੰਦੇ ਯਾਰ, ਜੇ ਮਾੜੀ ਜਿਹੀ ਗੱਲ ਗਲਤ ਨਿਕਲ ਗਈ ਮੂੰਹ 'ਚੋਂ ਤੁਸੀਂ ਤਾਂ ਜਾਨ ਲੈਣੀ ਕਰ ਦਿੰਦੇ ਆ, ਕਿਉਂ ਕਹਾਈਏ ਕੰਜਰ ਬਈ। ਉਹ ਸਾਡਾ ਬੜਾ ਭਾਈ, ਜੇ ਅਸੀਂ ਨਾ ਉਹਨਾਂ ਖੜੇ ਹੋਵੇ ਹੋਰ ਕਿਹਨੇ ਖੜਾ ਹੋਣਾ, ਉਹ ਕੱਲ੍ਹ ਨੂੰ ਕੋਈ ਸਟੈਪ ਹੋਰ ਲੈ ਲੂਗਾ ਯਾਰ, ਸਾਡਾ ਵੀ ਫਰਜ਼ ਬਣਦਾ, ਅਸੀਂ ਉਹਦੇ ਲਈ ਉਹਲੇ ਵੀ ਖੜੇ ਹਾਂ, ਆਪਣੀ ਪੰਜਾਬੀ ਕਮਿਊਨਿਟੀ ਲਈ ਖੜੇ ਹਾਂ, ਪੰਜਾਬੀ ਜ਼ਿੰਦਾਬਾਦ ਆ। ਕੌਣ ਕੱਢ ਲੂ ਪੰਜਾਬੀ ਨੂੰ ਸਾਡੀ 'ਤੇ ਅਟੈਕ ਕਰ ਦੂ, ਜੇ ਐਡੀ ਐਡਾ ਦਰਦ ਸੀ। ਆ ਜਿਹੜਾ ਬੰਦੇ ਨੇ ਹੁਣ ਪ੍ਰੋਟੈਸਟ ਕੀਤਾ, ਉੱਥੇ ਮੈਂ ਕੈਨੇਡਾ ਰਹਿੰਦਾ 20 ਸਾਲ ਤੋਂ, ਆ ਜਿਹੜੇ ਮੇਰੀ ਗੱਲ ਸੁਣਦੇ ਆ ਮੇਰੇ ਭਰਾ ਭੈਣ, ਉੱਥੇ ਪੱਗਾਂ ਲੈਂਦੀਆਂ ਗੁਰਦੁਆਰਿਆਂ 'ਚ, ਕਿਰਪਾਨਾਂ ਚੱਲਦੀਆਂ, ਉਹਦੇ ਬੰਦਾ ਕਿੱਥੇ ਸੀ, ਪਤਾ ਵੀ ਅਗਲੇ ਨੇ ਐਡਾ ਟੱਕ ਪਾ ਦੇਣਾ, ਹੈ ਨਾ। ਸੋ ਬੇਨਤੀ ਆ ਯਾਰ, ਕੋਈ ਮਾੜਾ ਮੋਟਾ ਦੇਖ ਲਿਆ ਕਰੋ ਜਦੋਂ ਗੱਲ ਕਰਨ ਲੱਗਦੇ ਆ, ਤੁਸੀਂ ਲੈ ਕੇ ਗਦਾਰ ਕਹਿਣ ਚਲੇ ਗਏ। ਮੋਹਰੇ ਵੀ ਤਾਂ ਪੰਜਾਬੀ ਜੱਟ ਖੜਾ ਹੈ ਨਾ ਸਟੇਜ 'ਤੇ, ਗੁਰੂ ਮਹਾਰਾਜ ਨੇ ਉਹਨੂੰ ਮੰਚ 'ਤੇ ਖੜਾ ਕੀਤਾ, ਉਹਦੀ ਕਿਸਮਤ ਆ। ਫਿਰ ਜੇ ਤੁਸੀਂ ਗਦਾਰ ਲਿਖਿਆ ਅਤੇ ਅਗਲਿਆਂ ਨੇ ਕੰਮ, ਅਗਲੇ ਨੇ ਕੰਮ ਚੱਕ, ਤਾਂ ਨੇਲੇ ਨੂੰ ਦਿਲ ਨਾਲ ਟੱਕਰ ਗਿਆ ਨਾ। ਮੈਂ ਤਾਂ ਉਹੀ ਗੱਲ ਫਿਰ ਦੁਬਾਰਾ ਦੁਹਰਾਉਣਾ ਵੀ ਸਾਡੇ ਵਰਗਾ ਕੋਈ ਕਮਲਾ ਨਹੀਂ ਸੀਗਾ, ਹੈ ਨਾ। ਉਹ ਤਾਂ ਸਾਹਿਤਕ ਬੰਦਾ ਹੈ ਯਾਰ, ਤੁਸੀਂ ਇੱਕ ਮਿੰਟ 'ਚ ਉਹਦੀ ਭੰਡੀ ਕਰਕੇ ਰੱਖ ਦੀ। ਇੱਕ ਹੋਰ ਬੰਦਾ ਅਮਰੀਕਾ ਤੋਂ, ਉਹ ਗਾਉਣ ਵਾਲਿਆਂ ਨੂੰ ਲੁੱਚਿਆਂ ਦੇ ਕੰਜਰਾਂ ਤੋਂ ਬਿਨਾਂ ਗੱਲ ਨਹੀਂ ਕਰਦਾ। ਕੀ ਯਾਰ ਉਹਦਾ ਨਾਂ, ਉਹਦਾ ਨਾਂ ਹੈਗਾ ਆ ਗੰਭੀਰ। ਕਿਆ ਗਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਸਾਰਿਆਂ ਨੂੰ। ਉਹ ਪੰਜਾਬੀ ਆ, ਜ਼ਿਆਦਾ ਫਿਰ ਛੱਡ ਦਿਓ ਪੰਜਾਬ, ਬਾਹਰ ਮਰ ਜਾਓ, ਚਲੇ ਜਾਓ ਕਿਤੇ ਵੀ। ਉਹ ਤੋਂ ਤੁਸੀਂ ਕੰਜਰ ਹੋ, ਸਾਰਿਆਂ ਨੂੰ ਕਹਿੰਦਾ, ਉਹ ਕਹਿੰਦਾ ਗਾਉਣ ਵਾਲੇ ਕੰਜਰ ਲੁੱਚੇ ਆ। ਹੈ ਯਾਰ, ਇੱਕ ਲਹਿਰ ਆ, ਇੱਕ ਜਿੱਦਾਂ ਪੁਲਿਸ ਆ ਨਾ, ਜਿੱਦਾਂ ਰੇਲਵੇ ਮਹਿਕਮਾ ਆ, ਜਿੱਦਾਂ ਟੀਚਰ ਆ, ਜਿੱਦਾਂ ਇਹ, ਸਾਡੇ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਗਾ, ਸਾਡੇ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਗਾ। ਐਂ ਵੀ ਦੋਗਲੀਆਂ ਗੱਲਾਂ ਮੈਂ ਗਾਉਣ ਵਾਲਿਆਂ ਨੂੰ ਪਹਿਲਾਂ ਬੇਨਤੀ ਕਰਦਾ, ਪਹਿਲਾਂ ਮੈਂ ਛੱਟ ਸਾਰੀ ਇੰਡਸਟਰੀ ਨੂੰ ਦਿੰਦਾ। ਐਂ ਵੀ ਚੱਡਿਆਂ 'ਚ ਪੂਛ ਲੈ ਕੇ ਬੈਠੇ ਯਾਰ, ਆਪਾਂ ਕਿੰਨਾ ਰੁਜ਼ਗਾਰ ਦਿੰਦੇ ਹਾਂ, ਕਿੰਨੇ ਢੋਲਕੀਆਂ ਬਾਜਿਆਂ ਵਾਲੇ, ਸਾਊਂਡ ਵਾਲੇ, ਡੀਜੇ ਵਾਲੇ, ਕਿੰਨੀ ਦੁਨੀਆ ਇੰਜੋਏ ਕਰਦੀ, ਕਿੰਨਿਆਂ ਦਾ ਘਰ ਪਲ ਰਹੇ ਆ ਯਾਰ। ਘੱਟੋ ਘੱਟ ਤੁਸੀਂ ਵੀ ਇਕੱਠੇ ਹੋ, ਲੋਕਾਂ ਨੂੰ ਦੱਸੋ ਯਾਰ, ਇਹ ਵੀ ਇੱਕ ਮਹਿਕਮਾ ਆ, ਹੈ ਨਾ। ਸੋ ਇਸ ਕਰਕੇ ਮੇਰੀ ਬੇਨਤੀ ਆ, ਪਹਿਲਾਂ ਤਾਂ ਪੰਜਾਬੀ ਕਮਿਊਨਿਟੀ ਨੂੰ ਵੀ ਇੱਕਦਮ ਨਾ ਯਾਰ ਇੱਦਾਂ ਚੱਕ ਦਿਆ ਕਰੋ ਕੰਮ, ਥੋੜ੍ਹੀ ਵਾਲੀ ਉਹਦੀ ਭਾਵਨਾ ਹੋ ਸਕਦੀ। ਹੁਣ ਭਾਵਨਾ ਦੀ ਗੱਲ ਕਰੀਏ, ਮੈਂ ਗੀਤ ਫਿਲਮਾਇਆ ਸੀਗਾ ਆਪਣਾ ਦਸਤਾਰ ਹੈ ਤਾਂ ਸਰਦਾਰ, ਪ੍ਰਾਈਮ ਏਸ਼ੀਆ ਦੇ ਟਹਿਣੇ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਯਾਰ ਮੈਂ ਇੱਕ ਗੀਤ ਕੀਤਾ ਆਪਣੇ 'ਚ ਤੋਂ ਸਾਫ਼ ਸੁਥਰਾ, ਵੀ ਚੱਲ ਮਹਾਰਾਜ ਨੇ ਕਿਰਪਾ ਕੀਤੀ ਆ ਵੀ ਆਪਾਂ ਕੋਈ ਧਾਰਮਿਕ ਗੀਤ ਕਰਦੇ। ਕੋਈ ਕੰਪਨੀ ਕਰਨ ਨੂੰ ਤਿਆਰ ਨਹੀਂ ਸੀ, ਅੱਜ ਮੈਂ ਗੱਲ ਦੁਹਰਾਉਣਾ ਮੇਰੀ ਭਾਵਨਾ। ਹੁਣ ਦੇਖੋ, ਉਹ ਮੈਂ ਗੀਤ ਬਾਜ ਲਿਆਂਦਾ ਉਸ ਗੀਤ 'ਚ, ਪਹਿਲਾਂ ਜਿੱਦਾਂ ਸ਼ੇਰ ਲਿਆਂਦਾ, ਫਿਰ ਅਜਗਰ ਲਿਆਂਦਾ, ਹੋਰ ਲਾਈਵ ਮੈਨੂੰ ਚਾਹੀਦਾ ਹੁੰਦਾ ਵੀ ਮੈਂ ਯਾਰ ਇੱਦਾਂ ਦੀ ਕੋਈ ਨਾ ਕੋਈ ਗੱਲ ਕਰਾਂ, ਹੈ ਨਾ, ਬੇ ਐਕਸਟਰਾ ਓਨਰੀ ਕਰੀਏ ਵੀ ਵੱਧ ਕਰਨਾ ਚਾਹੀਦਾ, ਸੇਮ ਤਾਂ ਸਾਰੇ ਕਰਦੇ ਆ। ਉਹ ਜਿਵੇਂ ਬਾਜ ਲੈ ਕੇ ਕਰ ਰਿਹਾ ਸੀ ਵੀਡੀਓ, ਉਹ ਯੂਟਿਊਬ 'ਤੇ ਹੈਗਾ ਮੇਰੇ ਖਿਆਲ, ਉਹਦੇ ਵਿੱਚ ਉਹ ਦੋ ਕੁ ਸਿੰਘ ਘੁਸਰ ਮੁਸਰ ਕਰਦੇ ਸੀ। ਮੈਂ ਉਹਨਾਂ ਕੋਲ ਗਿਆ, ਮੈਂ ਕਿਹਾ ਹਾਂਜੀ ਸਿੰਘ ਸਾਹਿਬ ਵੀ ਸਾਰਾ ਸੁੱਖ ਸਾਂਦ ਆ ਵੀ ਠੀਕ ਆ, ਨਹੀਂ ਕਹਿੰਦੇ ਯਾਰ ਤੂੰ ਗੁਰੂ ਸਾਹਿਬ ਦੀ ਰੀਸ ਕਰ ਰਿਹਾ। ਉਹ ਮੈਂ ਕਿਹਾ ਯਾਰ ਮੇਰੀ ਭਾਵਨਾ ਤਾਂ ਸੁਣ ਲਓ, ਮੈਂ ਇਹ ਵੀਡੀਓ ਬਣਾ ਰਿਹਾ, ਚਲੋ ਤੁਸੀਂ ਕਹਿ ਤਾ, ਪਰ ਮੇਰੀ ਭਾਵਨਾ ਇਹ ਆ ਇਹ ਵੀ ਮੈਂ ਗੁਰੂ ਸਾਹਿਬ ਦੀ ਜਿਹੜੀ ਰੀਸ ਦੀ ਤੁਸੀਂ ਗੱਲ ਕੀਤੀ ਆ, ਰੀਸ ਤਾਂ ਉਹਦੀ ਮੈਂ ਇੱਕ ਜਨਮ ਕੀ, ਮੈਂ ਹਜ਼ਾਰ ਜਨਮ ਨਹੀਂ ਕਰ ਸਕਦਾ। ਅਤੇ ਹੋਰ ਕਿਹੜਾ ਪੰਜਾਬੀ ਆ ਜਿਹੜਾ ਨਿਤਨੇਮੀਆਂ ਕਵੇ ਹੱਕ ਤਾਣ ਕੇ ਮੈਂ ਗੁਰੂ ਸਾਹਿਬ ਦੀ ਰੀਸ ਕਰ ਸਕਦਾ, ਕਰ ਲੂੰ ਕੋਈ ਰੀਸ ਗੁਰੂ ਸਾਹਿਬ ਦੀ? ਅਤੇ ਮੈਂ ਕੌਣ ਹੁੰਦਾ ਆ, ਮੈਂ ਕਿੱਦਾਂ ਰੀਸ ਕਰ ਲੂੰ ਯਾਰ? ਕਿਸੇ ਦੀ ਭਾਵਨਾ ਹੁੰਦੀ, ਉਹ ਜੇ ਉਹਨਾਂ ਨੇ ਕਹਿ ਤਾ, ਕਹਿਣਾ ਮੇਰਾ ਖਿਆਲ ਆ ਵੀ ਮੇਰਾ ਅੰਦਰਲੀ ਆਤਮਾ ਇਹ ਕਹਿ ਰਹੀ ਵੀ ਜਿੱਦਾਂ ਉੱਥੇ ਮੇਰੇ ਵੀਡੀਓ 'ਤੇ ਹੋਇਆ, ਮਾਨ ਸਾਹਿਬ ਉਹ ਕੋਈ ਰੱਬ ਤਾਂ ਹੈ ਨਹੀਂ ਗੇ, ਉਹਨਾਂ ਕੋਲੋਂ ਕਹਿਣਾ ਤਾਂ ਉਹਨੇ ਸੀ ਵੀ ਇਹ ਲਿੰਕ ਭਾਸ਼ਾ ਹੋਣੀ ਚਾਹੀਦੀ ਆ, ਹੈ ਨਾ। ਚਲੋ ਆਪਾਂ ਦੁਬਾਰਾ ਵੀ ਪੁੱਛ ਲੈਂਦੇ, ਹੋ ਸਕਦਾ ਉਹ ਦੁਬਾਰਾ ਜੇ ਕਹਿ ਵੀ ਹੋ ਗਿਆ ਹੋਊਗਾ ਤਾਂ ਬੰਦਾ ਥੋੜ੍ਹਾ ਯਾਰ ਦੁਬਾਰਾ ਸੋਚ ਵੀ ਲੈਂਦਾ, ਚਾਹੇ ਫੋਰਮੈਲਿਟੀ ਸ਼ਬਦ ਆ ਡਿਕਸ਼ਨਰੀ ਦਾ, ਚਾਹੇ ਉਹ ਫੋਰਮੈਲਿਟੀ ਪੂਰੀ ਕਰ ਲੈਂਦੇ ਇਹ ਗੱਲ ਕਹਿ ਕੇ, ਭਾਵੇਂ ਉਹਨਾਂ ਤੋਂ ਜਿਸ ਵੀ ਲਹਿਜੇ 'ਚ ਜਾਣੇ ਅਣਜਾਣੇ 'ਚ ਕਹਿ ਹੋ ਗਿਆ। ਤੁਸੀਂ 5 ਬੰਦੇ ਸੀਨੀਅਰ ਵਿੱਚ ਇਹ ਭਾਈ ਸਾਹਿਬ ਜਾਂਦੇ ਜਿਹੜੇ ਚਰਨਜੀਤ ਸਿੰਘ ਆ, ਇਹ ਵੀ ਨਾਲ ਜਾਂਦੇ ਉੱਥੇ, ਪ੍ਰਮੋਟਰ ਨੂੰ ਪੁੱਛਦੇ ਵੀ ਮਾਨ ਸਾਹਿਬ ਨੂੰ ਮਿਲਣਾ, ਨਹੀਂ ਤਾਂ ਕੱਲ੍ਹ ਨੂੰ ਯਾਰ ਰੌਲਾ ਪਊਗਾ। ਉੱਥੇ ਮੇਰਾ ਖਿਆਲ ਹੈ ਵੀ ਇਹ ਗੱਲ ਹੋਣੀ ਨਹੀਂ ਸੀ, ਐਡਾ ਵਿਵਾਦ, ਐਡੇ ਲੇਜੈਂਟ ਬੰਦੇ ਨੂੰ ਤੁਸੀਂ ਉਹਨੂੰ ਖੇਖਣ ਕਰਕੇ ਰੱਖਦਾ ਯਾਰ ਬਿਨਾਂ ਗੱਲ ਤੋਂ, ਹੈ ਉਹਨੂੰ ਪੁੱਛਦੇ ਜੇ ਉਹ ਫਿਰ ਰੜੀ ਕਰਦਾ ਫਿਰ ਤੁਸੀਂ ਪ੍ਰੋਟੈਸਟ ਕਰ ਲੈਂਦੇ। ਉਹਦਾ ਸਟੈਪ ਅਗਲਾ ਸੀ ਪ੍ਰੋਟੈਸਟ ਦਾ, ਤੁਸੀਂ ਆਪਣਾ ਸੀਨਾ ਚੌੜਾ ਕਰਕੇ ਚੱਲ ਗਏ। ਸਰਦਾਰ ਬੰਦਾ ਇਹਦਾ ਮਤਲਬ ਇਹ ਥੋੜ੍ਹਾ ਵੀ ਸਰਦਾਰ ਹਰੇਕ ਥਾਂ ਜਾ ਕੇ ਬਿਨਾਂ ਗੱਲ ਤੋਂ ਜੱਬ ਪਾ ਲੂਗਾ, ਖਲਜਗਣ ਪਾ ਦੂਗਾ, ਘਸਮਾਣ ਪਾ ਦੂਗਾ, ਉਹ ਜਾ ਕੇ ਉਦੋਂ ਉਹਦਾ ਸਿਚੁਏਸ਼ਨ ਜੇ ਮਾਨ ਸਾਹਿਬ ਨਾ ਮੰਨਦੇ, ਹੈ ਨਾ, ਫਿਰ ਜਾ ਕੇ ਜੇ ਉਹ ਹੁਣ ਸੀਨਾ ਤਾਣ ਕੇ ਗਿਆ ਤਾਂ ਫਿਰ ਉੱਥੇ ਝੱਲਣੀ ਵੀ ਪੈਣੀ ਸੀ। ਮੋਹਰੇ ਉਹਨੇ ਮੈਂ ਪਹਿਲਾਂ ਦੱਸਿਆ ਵੀ ਕੰਨੜ ਜਗਾੜ ਨਹੀਂ ਕੱਢੀ ਉਹਨੇ, ਪੰਜਾਬੀ 'ਚ ਕੱਢੀ ਆ। ਸੋ ਬੇਨਤੀ ਆ ਸਾਰਿਆਂ ਨੂੰ, ਇਹ ਇੱਕ ਸਟੇਜ ਹੁੰਦੀ ਆ, ਉੱਦਾਂ ਹੀ ਤੁਸੀਂ ਯਾਰ ਸਾਨੂੰ
कंजर कुत्ते दले आ मैनू हुण मैं तां वी सोचदा मेरा किसी ने पाता गुरदास मान जिंदाबाद वो मेरे को स्टेज का प्रोग्राम पाया सीगा भी गुरदास मान जिंदाबाद है उहदे थले मैनू 150 गाल कढ़ती मैनू पता भी नहीं मैनू सवेरे किसी ने भाजी तुसीं आ बयान कदों दिता मैं कहा दिता नहीं हुण मैं देण लगा क्योंकि मैं सोशल मीडिया ते आउणा नहीं चाहुंदा अगले कहिंदे भी इह यार स्टंट आ पिछे साडे गाउण वालिआं ने इह भी गल झूठी नहीं भी गाउण वालिआं ने पता नहीं रैही कीती हुंदी आ भी चल यार चार गालां तूं मैनू कढ दईं चार मैं तैनू कढ दूं जो लोग तमाशा देख के आपां पंप अप तां होईए वो दो तीन रम्मी ते एली दे उह पता लग गया उत्थे वो बेचारे दे कुट पै गई हैं बिना गल तों हो सकदा उह कनेडा स्टाइल ना आया होवे ਉਹ ਪੁਲਿਸ ਹੋਰ ਹੁੰਦੀ ਵੀ ਚੱਕ ਕੇ ਲੈ ਜਾਂਦੀ ਰਾਤ ਨੂੰ ਅੱਧੀ ਕੁ ਰਾਤੇ ਰਿਲੀਜ਼ ਕਰ ਦਿੰਦੀ ਆ ਇੱਥੇ ਅਗਲੇ ਫਿਰ ਪਟਾ ਚਾੜਦੇ ਆ ਤੁਸੀਂ ਸਮਝਦੇ ਆ ਨਾ ਸਾਰੀ ਗੱਲ ਉਹ ਕਹਾਣੀ ਜਿਹੜੀ ਅੰਡਰਸਟੂਡ ਹੋਣੀ ਚਾਹੀਦੀ ਅਸੀਂ ਪੰਜਾਬੀ ਹਾਂ ਸਾਡੀ ਪੰਜਾਬੀ ਨੂੰ ਇਕਮੁੱਠ ਹੋਣਾ ਚਾਹੀਦਾ ਆ ਜਿੱਦਾਂ ਹੁਣ ਸਾਡੀ ਪੰਜਾਬੀ ਦੀ ਯਾਰ ਸਿੱਖੀ ਨੂੰ ਸਿੱਖਾਂ ਨੇ ਤਬਾਹ ਕੀਤਾ ਆ ਸਾਰਿਆਂ ਨੇ ਆ ਜਿਹੜਾ ਦੇਖ ਲਓ 20 ਸੰਪਰਦਾਇ ਆ ਕੋਈ ਨਰਮ ਖਿਆਲੀ ਕੋਈ ਗਰਮ ਖਿਆਲੀ ਕੋਈ ਸ਼ਰਮ ਖਿਆਲੀ ਟਕਸਾਲੀ ਆ ਸੰਪਰਦਾ ਵਾ ਆਹ ਆਹ ਯਾਰ ਅਸੀਂ ਕਿੱਥੇ ਜਾਣਾ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਅਸੀਂ ਪੰਜਾਬ 'ਚ ਖੜ੍ਹੇ ਹਾਂ ਕੀ ਸਾਨੂੰ ਹੁਣ ਤੁਸੀਂ ਛੇਕ ਦਿਓਗੇ ਛੇਕ ਦਿਓ ਛੇਕਣਾ ਧਰਮ 'ਚੋਂ ਛੇਕ ਦਿਓ ਪੰਜਾਬ 'ਚੋਂ ਛੇਕ ਦਿਓ ਕਿੱਥੇ ਮਰ ਜਾਈਏ ਅਸੀਂ ਜਾ ਕੇ ਇੱਦਾਂ ਗੱਲਾਂ ਸੁਣੀ ਜਾਈਏ ਸਾਡੀਆਂ ਰਾਗਾਂ 'ਚ ਜਿਹੜਾ ਖੂਨ ਦੌੜਦਾ ਆ 200 ਐਟ ਮੈਂ ਰੱਖੀ ਕੋਠੇ ਉਹ ਦਿਖਾ ਜਿਹੜਾ ਕੋਠਾ ਇਹਨਾਂ ਨੂੰ ਕੋਈ ਆਊਗਾ ਬਿਨਾਂ ਗੱਲ ਤੋਂ ਸਾਰਾ ਸਿਰ ਪਾੜ ਦਊ ਮੈਂ ਬਿਨਾਂ ਗੱਲ ਤੋਂ ਤੁਸੀਂ ਕੰਜਰ ਦੱਲੇ ਉੱਦਾਂ ਹੀ ਭੌਂਕੀ ਜਾਂਦੇ ਕੁੱਤਿਆਂ ਵਾਂਗੂ ਕੋਈ ਸਾਲੀ ਯਾਰ ਕੋਈ ਲਿਮਿਟ ਹੁੰਦੀ ਆ ਹੈ ਨਾ ਸਾਡੇ ਤੋਂ ਬਿਨਾਂ ਜੀਣਾ ਵੀ ਨਹੀਂ ਤੁਹਾਡਾ ਜਾਓ ਅੱਧਾ ਪੰਜਾਬ ਸਾਡੇ ਨਾਲ ਆ ਜਾਂ ਸਵੇਰ ਨੂੰ ਦਿਖਾਲ ਦਿੰਦੇ ਆ ਜਾਓ ਖੜ੍ਹ ਜਾਓ ਜਿਹਨੇ ਖੜ੍ਹਨਾ ਆ ਕੇ ਆ ਸਾਡੀ ਵੀ ਕੋਈ ਅਮੇਜ਼ ਆ ਹੈ ਨਾ ਉਹ ਬਾਕੀ ਗਾਉਣ ਵਾਲਿਆਂ ਨੂੰ ਫਿਰ ਮੈਂ ਕਹਿੰਦਾ ਤੁਸੀਂ ਜੇ ਕੰਜਰਿਆਂ ਤਾਂ ਫਿਰ ਚੱਡਿਆਂ 'ਚ ਪੂਛਾਂ ਲੈ ਕੇ ਬੈਠੇ ਰਹੋ ਨਹੀਂ ਤਾਂ ਬੰਦਿਆਂ ਵਾਂਗੂ ਮਾਨ ਸਾਹਿਬ ਲਈ ਆਪਾਂ ਪੰਜਾਬੀਆਂ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਵੀ ਯਾਰ ਪੰਜਾਬੀਓ ਸਾਡੇ ਬੜੇ ਭਾਈ ਤੋਂ ਗਲਤੀ ਹੋ ਗਈ ਆ ਜਿਹੜੀਆਂ ਗਾਇਕਾਵਾਂ ਆ ਗਾਇਕ ਆ ਸਾਰੇ ਰਾਈਟਰ ਆ ਜਾਣ ਇੱਕ ਪਾਸੇ ਤੁਸੀਂ ਉਦੋਂ ਤਲੇ ਚੱਟਣ ਨੂੰ ਫਿਰਦੇ ਤੁਹਾਨੂੰ ਫੋਟੋ ਖਿਚਾਉਣ ਨੂੰ ਨਹੀਂ ਮੌਕਾ ਮਿਲਦਾ ਗਾਉਣ ਵਾਲਿਆਂ ਦੀ ਗੱਲ ਕਰਦਾ ਮੈਂ ਇਸ਼ੂ ਤਾਂ ਤੁਸੀਂ ਬਾਕੀਆਂ ਨੇ ਝੱਟ ਬਣਾ ਲੈਣਾ ਬਾਕੀ ਆ ਹੁਣ ਜਿਹੜਾ ਸਿੱਖੀ ਲਿਆ ਮੈਂ ਗੱਲ ਕਰਦਾ ਸੀ ਵਿੱਚ ਹੋਰ ਪਾਸੇ ਚਲ ਗਈ ਆ ਸਾਡੀ ਸਿੱਖੀ ਦੀ ਤਬਾਹੀ ਹੋ ਰਹੀ ਆ ਸੰਪਰਦਾ ਮਾਇਆ ਆ ਨਰਮ ਖਿਆਲੀ ਗਰਮ ਖਿਆਲੀ ਉਹ ਕਿਹੜੇ ਖਿਆਲੀ ਆ ਤੁਸੀਂ ਚੰਗੇ ਖਿਆਲੀ ਤਾਂ ਤੁਸੀਂ ਇਹ ਹੀ ਨਹੀਂ ਗੇ ਚੰਗੇ ਖਿਆਲੀ ਨਹੀਂ ਗੇ ਤੁਸੀਂ ਕਿਉਂਕਿ ਧਰਮ ਦੇ ਜੱਖਣਾ ਪੱਟੀ ਪਈ ਆ ਜਦੋਂ ਦੇਖਦੇ ਹੋ ਉਦੋਂ ਪੱਗ ਲਾ ਦਿੰਦੇ ਆ ਜਦੋਂ ਦੇਖਦੇ ਹਾਂ ਤੁਸੀਂ ਇੱਦਾਂ ਅੱਧੇ ਲੋਕ ਵਿਛੜ ਜਾਣੇ ਆ ਤੁਹਾਡੇ ਨਾਲੋਂ ਮਿਹਨਤਿਆ ਤੁਹਾਡੇ ਅੱਗੇ ਭਰਾਵੋ ਖਿਆਲ ਕਰਿਆ ਕਰੋ ਜਦੋਂ ਕੋਈ ਗੱਲ ਦੇ ਉੱਦਾਂ ਹੀ ਨਾ ਠੋਕਦੇ ਰਾਜ ਮੈਨੂੰ 150 ਗਾਲ ਪਈ ਆ ਪਹਿਲਾਂ ਮੈਨੂੰ ਪਤਾ ਵੀ ਨਹੀਂ ਮੈਂ ਆਪਣੇ ਘਰ ਸੁੱਤਾ ਪਿਆ ਹਾਂ ਉੱਥੇ ਕਿਸੇ ਨੇ ਗੁਰਦਾਸ ਮਾਨ ਜਿੰਦਾਬਾਦ ਯਾਰ ਗੁਰਦਾਸ ਮਾਨ ਜਿੰਦਾਬਾਦ ਆ ਪੰਜਾਬੀ ਵੀ ਜਿੰਦਾਬਾਦ ਆ ਮੈਂ ਦੋਗਲੀ ਗੱਲ ਨਹੀਂ ਕਰਦਾ ਮੈਂ ਪੰਜਾਬੀ ਹਾਂ ਮੈਂ ਤੁਹਾਨੂੰ ਪਹਿਲਾਂ ਗੱਲ ਨਿਬੇੜਤੀ ਬਈ ਮੈਨੂੰ ਇੰਗਲਿਸ਼ ਨਹੀਂ ਆਉਂਦੀ ਮੈਂ ਅਗਲੇ ਜਨਮ ਆਊਗੀ ਜੇ ਮੈਂ ਸਿੱਖਣੀ ਚਾਹਵਾਂ ਹਿੰਦੀ ਮੈਨੂੰ ਨਹੀਂ ਆਉਂਦੀ ਆ ਮੇਰੇ ਖੂਹ 'ਤੇ ਆ 50 ਬੰਦੇ ਆ ਮੇਰੇ ਖੂਹ 'ਤੇ ਕੋਈ ਨਹੀਂ ਹਿੰਦੀ ਬੋਲ ਸਕਦਾ ਯਾਰ ਐਡਾ ਵੀ ਅਸੀਂ ਅਨਐਜੂਕੇਟ ਨਹੀਂ ਮੇਰੇ ਪਰਿਵਾਰ ਦਾ ਨਾਂ ਆ KS ਮੱਖਣ ਕਰਕੇ ਮੈਂ ਪੋਲੀਟਿਕਸ 'ਚ ਵੀ ਪੈਰ ਰੱਖਦਾ ਮੈਂ ਜੁਰਤ ਵੀ ਰੱਖਦਾ ਹਾਂ ਮੈਂ ਗਾਇਕ ਵੀ ਹਾਂ ਆਲ ਰਾਊਂਡਰ ਬੰਦੇ ਵੀ ਘੱਟ ਹੁੰਦੇ ਆ ਬਟ ਅਸੀਂ ਕਿੱਥੇ ਚੱਲ ਜਾਈਏ ਹੁਣ ਹਮਕੋ ਤੁਮਕੋ ਕਰਨਾ ਪੈਂਦਾ ਜਿਹੜੇ ਹੁਣ ਪਾਰਲੀਮੈਂਟ ਆ ਨਾ ਆ ਜਿਹੜੇ 13 MP ਬਣੇ ਆ ਤੁਹਾਡੇ ਕੋਲ ਕੈਨੇਡਾ ਆ ਜਾਣ ਤੁਹਾਨੂੰ ਇੱਦਾਂ ਪੈਰ ਕਰਨਾ ਤੁਸੀਂ ਚੱਟਣ ਨੂੰ ਫਿਰਨਾ ਤਾਂ ਤੁਸੀਂ ਡੰਡੌਤ ਕਰਦੇ ਫਿਰਨਾ ਪਤਾ ਤੁਹਾਨੂੰ ਹੈ ਨਾ ਤੁਸੀਂ ਚਾਪਲੂਸ ਆ ਹੁਣ ਸਾਡੇ ਵਰਗਿਆਂ 'ਚ ਜਿਹੜਾ ਬੰਦਾ ਕੋਈ ਨਿਮਰਤਾ ਨਾਲ ਰਹਿੰਦਾ ਤੁਸੀਂ ਰਹਿਣ ਨਹੀਂ ਦਿੰਦੇ ਯਾਰ ਨਿਮਰਤਾ ਨਾਲ ਕੋਈ ਰਹਿਣ ਕਿਸੇ ਨੂੰ ਟੈਕ ਲੈਣ ਦਿਆ ਉਹਨੂੰ ਪੁੱਛ ਲਓ ਇੱਕ ਵਾਰੀ ਤੂੰ ਬਈ ਇਹ ਜਾਣ ਬੁੱਝ ਕੇ ਕਰਦਾ ਕਿ ਜਾਂ ਤੇ ਤੂੰ ਅਣਜਾਣਪੁਣੇ 'ਚ ਹੋ ਗਿਆ ਯਾਰ ਕੋਈ ਕਹਾਣੀ ਆ ਕਿਹੜੀ ਤੁਹਾਡੀ ਫਿਲੋਸਫੀ ਆ ਯਾਰ ਕਿਹੜੇ ਤੁਸੀਂ ਬੁੱਧੀਜੀਵ ਆ ਆਹ ਦੋ ਕੁ ਪ੍ਰਚਾਰਕ ਬੇਵਕੂਫ ਜਿਹਾ ਹੁਣ ਸਾਨੂੰ ਵੀ ਕਹਿਣਾ ਪੈਣਾ ਆ ਉੱਦਾਂ ਹੀ ਚੱਕ ਕੇ ਤੁਸੀਂ ਠੋਕੀ ਜਾਂਦੇ ਆ ਜੀ ਇਹ ਕੰਜਰ ਆ ਇਹਨਾਂ ਨੇ ਮਾਹੌਲ ਖਰਾਬ ਕਰ ਸਾਰੇ ਗੁਰਦਾਸ ਮਾਨ ਤੋਂ ਵਧੀਆ ਤਾਂ ਸਿੰਗਰੇ ਕੋਈ ਹੈ ਨਹੀਂ ਯਾਰ ਸਾਡੇ ਵਰਗਿਆਂ ਤੋਂ ਤੁਸੀਂ ਕਹਿ ਵੀ ਸਕਦੇ ਹੋਰ ਦੋ ਚਾਰ ਕੋਈ ਹੈਗੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਦੁਨੀਆ ਕਹਿੰਦੀ ਆ ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ ਗਾਉਣ ਵਾਲੇ ਇੱਕੋ ਜਿਹੇ ਨਹੀਂ ਸਪੋਰਟਸਮੈਨ ਇੱਕੋ ਜਿਹੇ ਨਹੀਂ ਪੋਲੀਟੀਸ਼ੀਅਨ ਇੱਕੋ ਜਿਹੇ ਨਹੀਂ ਹੋਰ ਕੋਈ ਕਿਸੇ ਪਬਲਿਕ ਕੋਈ ਹੈ ਨਹੀਂ ਯਾਰ ਸੋ ਬੇਨਤੀ ਆ ਸਾਨੂੰ ਆਪਣੀ ਜ਼ਿੰਦਗੀ ਜੀਣ ਦਿਓ ਗਲਤੀ ਕਰਦੇ ਹਾਂ ਸਾਨੂੰ ਇੱਕ ਵਾਰੀ ਆ ਕੇ ਸਮਝਾ ਸਕਦੇ ਕੋਈ ਕਿਹੜੀ ਕਮੈਂਟ 'ਚ ਕਿਹੜੇ ਬੰਦੇ ਆ ਸਾਨੂੰ ਸਮਝਾਉਣ ਵਾਲੇ ਪਹਿਲਾਂ ਤਾਂ ਮੈਨੂੰ ਉਹ ਨਹੀਂ ਪਤਾ ਲੱਗਦਾ ਕੋਈ ਆ ਕੇ ਕਿਸੇ ਨੂੰ ਬੇਨਤੀ ਕਰੇ ਬੇਨਤੀ ਨਹੀਂ ਕਵੇ ਵੀ ਯਾਰ ਤੁਸੀਂ ਆਓ ਵੀ ਆ ਪੰਜਾਬੀ ਕਮਿਊਨਿਟੀ ਦਾ ਮਾਮਲਾ ਆ ਹੈ ਨਾ ਅਸੀਂ ਵੀ ਕਿਸੇ ਨੂੰ ਯਾਰ ਕੋਈ ਕਰਦਾ ਅਸੀਂ ਹੁਣ ਪਬਲਿਕ ਨੂੰ ਸਾਨੂੰ ਤਾਂ 150 ਗਾਲ ਪੈਂਦੀ ਆ ਮੋਹਰਿਓਂ ਹੈ ਨਾ ਫਿਕਰ ਕਿਹਨੂੰ ਕਹੀਏ ਅਸੀਂ ਬੈਠੇ ਸੀ ਚੁੱਪ ਕਰਕੇ ਆ ਮੈਂ ਰਾਤੀ ਦੇਖਿਆ ਮੈਨੂੰ ਉੱਦਾਂ ਹੀ ਬਿਨਾਂ ਗੱਲ ਤੋਂ
डेढ़ 200 गाल किसी ने लिखता भी गुरदास मान जिंदाबाद बी के एस मखण वो लाइव शो कोई चल रहा उदे फटे चकते हैं ये किहड़ा पंजाबी का सबूत है भी बहुत तुसीं बई गर्म ख्याली तुहाडियां रगां च बहुत खून दौड़दा हां मेरे कोल हुण कोई आवे कई ना मैं मार मार पुट्ठे करदा हुण जी करदा भी इत्थे डेढ़ साढ़े चार लख बंदा देखदा आ इहदे विच लेडीज़ भी होणियां ते जे हुण असीं गंदी जबान वरती फिर वैसे तो मैं गल करदा 80% बंदे गाल कढ के गल करदे आ चाहे कनेडा अमेरिका इंग्लैंड इत्थे पंजाब च बैठे आ हुण मैं बंगला साहब गुरुद्वारे गया उत्थे हिंदी च लिखिया ये बड़ा सिख आ ते आके पहला उहनू लावे अपने हत्थी पुछे ना कड़ी कमेटी नू पुछे ना उस कमेटी कमूटी नू आ के ला दे पाड़े उहनू परचे नू उत्थे लंगर हाल च लिखिया पंजाबी च भी बे लंगर सिख ढर ढाके छको ते शांति नाल गल्लां ना करो जी हिंदी च भी लिखिया आ पंजाबी च भी जिहड़ा यार इत्थों पंजाब तों बाहर जाणा उहनां ने माड़ा मोटा हमको तुमको करनी पैणी हुण पार्लीमेंट च गया कई नेता मैं बोलदे देखे आ हैं वोटां बनाउण दी खातर वोटां बनाउण दी खातर आ इह सारा कुछ पंजाबी मामले मैं तां इह पुछदा किहड़ा साड़ा पंजाबी नूं हटा सकदा किहड़ा अटैक कर सकदा चलो जे ग्रह मंत्री ने कहता उहदी भी इह उहने कहा भी राष्ट्र दी भाशा इक होणी चाहीदी उहने कहा है ना उहदे विच उहनूं लिंक भाशा कह देणा चाहीदा सानूं जे असीं कहिणा भी आ सतनाम सिंह माणक अजीत अखबार दे आ मैं राती उहनां नूं सुणदा सीगा उन्हां दी बड़ी वधिया गल सी पंजाबी बोली लई उह हुण मैनूं इह वी नहीं पता भी उह हिंदू आ कि सिख आ सतनाम माणक उहनां दा नां आ अजीत अखबार दे विच उह मेन स्ट्रीम दे विच आ मैनूं उहनां दे स्टेटस दा नहीं पता भी कौण आ उह लाइक सतनाम माणक जी बड़ी अच्छी शख्सियत आ पंजाब दी पंजाबी बोली लई उह बाघा बार्डर ते वी उत्थे प्रोग्राम भी करवाउंदे गाउण वाले भी जांदे उहनां दे कहण ते चलो मेरे कहण दा मतलब बहुत वड्डा उपराला आ उहनां ने इक गल कही सी भी हो सकदा भी इह उन्होंने कहना इदा हो कहना इदा चाहिए सी हुण इह तां नहीं हैगा भी एक भलवान आ तो वह गा चंगा लूगा एक गायक आ तो वह पोलीटिक्स चंगी कर लू एक पोलीटिशियन आ तो वह कबड्डी वधिया खेड लूगा ना इदा नहीं हो सकती कोई किते ना किते कोई कमी पेशी हुंदी असीं यार इंसान गलतियां दा पुतला आ गलती हो जाती तुसीं तां चक के कंजर दल्ला दुल्ला पता नहीं किहड़ा किहड़ा शब्द वरत दिंदे आ जो तुहाडे मूँह आउंदा आ टूटी लंघ जाए सारे तुसीं भी तां इदा ही आ फिर मोहरों इदा ही हुंदा भी नहीं लैनू दहीला टक्करदा मैं तां इह बेनती करूँगा इह हैगा सच गल मैं सच दे नेड़े दी कीती आ चाहे दे किसे दे गिट्टे लगे चाहे गोडे लगे बाकी रही गल इह भी गुरदास मान जिंदाबाद आ गुरदास मान जिंदाबाद आ ते पंजाबी जिंदाबाद आ ते पंजाबी साडे विचों कोई कढ नहीं सकदा ते इह नहीं भी कोई मूँह चक्कू दा सानू कह दू बाकी मैं तो क्लीयर भी कर दिता भी जिन्हें सानू पंजाब चो छेकना या सानू धर्म चो छेकना फिर छेक दे जिन्हें छेकना है ना फिर साडा जो रवैया हो असी वह देख लाँगे उदा बिना गल तो भरावो इदा ना मूँह चक के नारा ठोक दिया करो ये गुरु महाराज ने जिहड़ा नारा ते जकारा सानू दिता यह बड़ी बहुत वड्डी अहमियत है इहनू थां टिकाणे ते लाया करो उदा ही ना चक दिओ प्रोग्राम चलता एक बंदे ने नारा लाया तो चलो जी मगर पांच सत्त जने और यार हाल मोहरे बैठा लोगों ने टिकटा लाइया तुसी कोई दी सिचुएशन बनाओ तो यही मैं बेनती करनी सी कि बाकी गाउण वाले नूं फिर मैं कहना बी चड्डियां चो पूछ कढ़ो बाहर एक मुठ होवो नहीं तां इदां ही कंजर तां फिर हैगे ही हैगे कही जांदे लोग ते कहाई चलो फिर नाल असीं तुहाडे उदां दे जिद्दां दी कुख उदां दे बच्चे उदां दे भी हो तुरांगे फिर ज जिधर नूं तुरिया बाकी मैं सिख संस्थावां नूं क्योंकि इहदे मोहरे भी सिख चेहरे आए आ उन्हां नूं मेरी हाथ जोड़ के बेनती आ बे लोकां नूं दूर ना करो नेड़े करो उन्हां नूं किसे ढंग ना प्लेट अज तुसीं टारां मारी जांदे आ उत्थों बैठे पंजाबी इत्थे आओ जिला पद्धरी ब्लॉक पद्धरी करो तां मीटिंगां जिथे जिथे साइन लगे आ हिंदी च ला के आओ मोहरे होवो तुसीं असीं मगर तुरदे आ नाल तुरदे आ मगर वी नहीं नाल तुरांगे उत्थों पाड़ो फिर देखो कानून की करदा आपां सारे झलांगे इत्थों बैठे कही जांदे आ हिंदी मासी आ फलाना आ ओह जे उन्हें कहता एडा की उन्हें सप्प लड़ाता थोड़े है ना तुसी आके आप उत्थे तुसी अज दा साडे गाउण वाले उदा ही बैठे आ गुम सुम जे हो गए उदा तुसी इत्थे नारा छड़ दिंदे इत्थे भैं जो जनता मरवा देनी तुसी बिना गल तो आओ असीं खड़े आ नाल मेरा काफिला नाल चलू थोड़े जे ना तुरोंगे तां के हो
पंजाब च खड़ा, पंजाब च खड़ा गल करदा, ना तुरंगे तो ता के हो लग जे जिहड़ी साली फांसी लगनी। तुसीं इदां नहीं वी सानूं हुण इत्थों बैठे बांदर बना दिओगे, इत्थों बैठे नारा छड दिओ, इत्थे आओ मूहरे हो के लाओ नाल तुरंगे। आ कई चो बहां कढ के तुरूंगा, कई चो बहां कढ के तुरूं नाल वी, चलो मैं पहलां पाड़ूंगा। आओ किसी दी दस्से तां सी सानूं मुड़ के असीं फस गए, फिर किहने पुछणा जदों किसी ते बिपता। अतीत दे परछावे, अतीत दे परछावे प्रोग्राम कढ के देखो, लोकां दे बाले है नहीं गे, बाले उहनां दे बाले है नहीं गे, घा उगे पै कोठिया ते, जिहड़े संघर्ष लई मरे आ ਉਹ ਤੁਹਾਡੀਆਂ ਗੱਲਾਂ 'ਚ ਆ ਗਏ। ਇੱਦਾਂ ਨਹੀਂ ਹੁਣ ਆਉਣਾ ਕਿਸੇ ਨੇ, ਆਓ ਇੱਥੇ ਗਰਾਊਂਡ ਬਣਾਓ, ਲੋਕਾਂ ਨੂੰ ਬੇਨਤੀ ਕਰੋ, ਲਾਮਬੰਦ ਕਰੋ, ਲਾਮਬੰਦ ਕਰੋ, ਗਰਾਊਂਡ ਬਣਾਓ। ਆਪਾਂ ਯਾਰ ਪਹਿਲਾਂ ਬੇਨਤੀ ਕਰੀਏ ਵੀ ਇਹ ਲਾਓ, ਅਸੀਂ ਪੰਜਾਬੀ ਹਾਂ, ਜਾਂ ਜਿਹੜੇ ਵੀ ਬੰਦੇ ਨੇ ਉੱਥੋਂ ਕੀਤਾ ਉਹਨਾਂ ਨੂੰ ਜਾ ਕੇ ਬੇਨਤੀ ਕਰੋ, 10 ਬੰਦੇ ਮੋਹਰੀ ਹੋਵੋ, ਉੱਥੇ ਜਾ ਕੇ ਸੈਂਟਰ 'ਚ ਗੱਲ ਕਰੋ ਜੀ। ਤੁਸੀਂ ਇੱਦਾਂ ਨਹੀਂ ਕਰ ਸਕਦੇ ਵੀ ਸਾਡਾ ਪੰਜਾਬ ਆ, ਦੂਜੇ ਵੀ ਦੂਜੀਆਂ ਸਟੇਟਾਂ ਨੂੰ ਨਾਲ ਲਵੋ, ਆ ਕੇ ਕੋਈ ਬੇਨਤੀ ਕਰੋ। ਤੁਸੀਂ ਤਾਂ ਉੱਦਾਂ ਹੀ ਛੱਡ ਦਿੰਦੇ ਜਗਾਰਾ, ਬੋਲੇ ਹੀ ਸੌ ਨਿਹਾਲ ਕਹਿ ਕੇ, ਪਤਾ ਹੁੰਦਾ ਨਹੀਂ ਕਹਿਣਾ ਕਰਨਾ ਕੀ ਆ, ਕਿੱਥੇ ਜਾਣਾ ਹੈ ਨਾ। ਜੇ ਕਿਸੇ ਨੂੰ ਬਾਹਲੀ ਤੰਗੀ ਹੋਵੇ ਤਾਂ ਮੈਨੂੰ ਆ ਕੇ ਇੱਥੇ ਗੱਲ ਕਰ ਸਕਦਾ, ਮੈਨੂੰ ਸੱਦ ਸਕਦਾ ਵੀ ਭਾਈ ਤੂੰ ਬੋਲਿਆ, ਮੈਂ ਗੱਲ ਬੈਠ ਕੇ ਟੇਬਲ 'ਤੇ ਕਰਨੀ ਚਾਹੁੰਦਾ ਵੀ ਸਾਨੂੰ ਦੱਸੋ ਅਸੀਂ ਕਿੱਧਰ ਨੂੰ ਜਾਈਏ। ਤੁਸੀਂ ਸਾਨੂੰ ਸੱਭਿਆਚਾਰ ਲਈ ਪ੍ਰੇਰਿਤ ਕਰ ਸਕਦੇ ਹਾਂ, ਕੋਈ ਕਲਾਸਿਸ ਹੋਣੀਆਂ ਚਾਹੀਦੀਆਂ।